ਟਰੈਕਟਰਾਂ ਦਾ ਕਾਫਲਾ ਸੀਗਾ ਜੀ, ਦਿੱਲੀ ਮਾਰਚ ਕਰਨ ਵਾਸਤੇ ਅਸੀਂ ਜਾ ਰਹੇ ਸੀ। ਜਿਹੜੇ 3 ਕਾਲੇ ਕਾਨੂੰਨ ਉਹਨਾਂ ਨੇ ਗਵਰਨਮੈਂਟ ਵਾਲੇ ਨੇ ਲਾਗੂ ਕੀਤੇ ਕਿਸਾਨਾਂ ਦੇ, ਉਹਦੇ ਰੋਸ ਦੇ ਵਿੱਚ ਅਸੀਂ ਜਾ ਰਹੇ ਸੀ। ਸ਼ਾਂਤੀ ਪ੍ਰਿਆ ਅਸੀਂ ਰੈਲੀ ਕਰਦੇ ਹਾਂ, ਕੋਈ ਧੱਕਾ ਨਹੀਂ ਕਰਦੇ, ਕੁਛ ਨਹੀਂ ਕਰਦੇ। ਉਹ ਟਰੈਕਟਰ ਸਾਡੇ ਸਾਰੇ ਲਾਈਨ 'ਚ ਲੱਗੇ ਹੋਏ ਸੀ, ਖੜ੍ਹ ਰਹੇ ਸੀਗੇ, ਬਿਲਕੁਲ ਸਲੋ ਟਰੈਕਟਰ ਸਾਡਾ ਨਿਊ ਤੋਂ ਅਸੀਂ ਗੇਅਰ ਕੱਢਿਆ ਹੋਇਆ ਸੀ। ਅਤੇ ਪਿੱਛੋਂ ਕਿੰਨੂ ਆਇਆ ਟਰਾਲਾ ਆਇਆ, ਇਹਨੇ ਸਾਡੀ ਟਰਾਲੀ ਹਿੱਟ ਕੀਤੀ, ਟਰਾਲੀ ਹੁਣ ਵੀ ਤੁਸੀਂ ਦੇਖ ਲਓ ਨਿਕਲੀ ਨਹੀਂ, ਅਸੀਂ ਜ਼ੋਰ ਵੀ ਲਾ ਲਿਆ। ਅਤੇ ਕਿੰਨੂ ਵਾਲੇ ਚੱਕਰ ਦੇ ਬੱਸ ਪਿੱਛੇ ਲੋਡਰ ਸੀਗੀ ਸਵਾਰੀਆਂ ਦੀ, ਉਹਨੇ ਵਿਚਾਰੇ ਨੇ ਬਹੁਤ ਕੋਸ਼ਿਸ਼ ਕੀਤੀ ਬਚਾਉਣ ਦੀ, ਉਹਨੇ ਸਾਰੀ ਬਚਾ ਲਈ। ਚਲੋ ਜਿਹੜਾ ਨੁਕਸਾਨ ਹੋ ਗਿਆ ਤਾਂ ਹੋ ਗਿਆ, ਆਹ ਗੱਲ ਆ ਵੀਰੇ। ਕਿੰਨੇ ਵਜੇ ਦੀ ਘਟਨਾ ਇਹ? 2:30 ਵਜੇ ਦੀ ਘਟਨਾ ਜੀ, ਰਾਤ ਦੇ। ਕਹਾਂ ਜਾ ਰਹੇ ਤੇ ਆਪ? ਦਿੱਲੀ ਜਾ ਰਹੇ ਸੀ ਜੀ, ਕਿਸਾਨਾਂ ਦੇ ਅੰਦੋਲਨ 'ਚ।